ਤਾਈ ਜੀ ਤੁਸੀਂ ਪੁੱਛੋ, ਆਈ ਪੁੱਛੀ ਜਾਂਦੀ ਤੇ ਢਿੱਡ ਫਿੜਦੀ ਆ, ਤਾਈ ਜੀ ਪੁੱਛਣ ਦੇ, ਤਾਈ ਜੀ ਬੜਾ ਮਾਰਦਾ ਜੇ, ਤਾਈ ਜੀ ਪੁੱਛ ਲਓ ਕੀ ਕਰਨ ਦੇ ਜੇ, ਤੂੰ ਕਿੱਦਾਂ ਵੇਹਨੀ ਹੈ, ਤੇਰੇ ਤੇ ਕਦੀ ਪਈਆਂ ਨੀ, ਮੈਂ ਜਾਣਦੀ ਚਾਚੇ ਨੂੰ ਚੰਗੀ, ਮੈਨੂੰ ਤੁਸੀਂ ਕਿਹਾ ਸੀ ਨਾ ਤਾਈ ਜੀ ਜਦੋਂ ਤੂੰ ਸਹੁਰੇ ਜਾਏਗੀ ਤਾਂ ਉੱਥੇ ਇਹ ਕਰੀ ਉਹ ਕਰੀ ਉਹ ਕਰੀ ਆਹ ਕਰੀ, ਆਪ ਤੇ ਸਾਰੀ ਉਮਰ ਤੂੰ ਤਾਏ ਕੋਲ ਕੁੱਟ ਖਾਧੀ ਤੇ ਹੁਣ ਤੂੰ ਮੈਨੂੰ ਪਵਾਉਂਦੀ ਆ। ਤਾਈ ਬੜੇ ਮਾਰਦਾ ਸੀ, ਤਾਈ ਮੈਨੂੰ ਕਹਿੰਦਾ ਮੈਂ ਨਾ ਮੰਡੀ ਜਾਣੇ ਲੈਣ ਚੱਲਿਆ, ਮੈਂ ਮੰਡੀ ਜਾਣੇ ਲੈਣ ਚੱਲਿਆ ਤੇ ਮੀਟ ਬਣਾ ਕੇ ਰੱਖੀ ਤੇ ਦੂਰ ਰੂੜੀ ਤੇ ਕੁੱਤਾ ਮਰਿਆ ਸੀ, ਮੈਂ ਹੋਈ ਧਰਤਾ ਪਹਿਲਾਂ ਮੈਂ ਸਾਰਾ ਪਿੰਡ ਖੋਲਿਆ, ਨਹੀਂ ਲੱਭਾ ਨਹੀਂ ਲੱਭਾ ਕੀ ਕਰਦੀ, ਪਰ ਮੈਂ ਹੈ ਨਾ ਕਦੋਂ ਸੈਨੀਟਾਈਜ਼ਰ ਕੀਤਾ ਸੀ ਮੈਂ ਉਹਨੂੰ, ਮੈਂ ਵੀ ਹੈ ਕਰੀ ਜਾਂਦੀ ਹਾਂ ਤੇ ਦੂਰ ਰੋਡ ਤੇ ਕੁੱਤਾ ਮਰਿਆ ਸੀ ਤਾਈ ਜੀ ਤੇ ਮੈਂ ਹੁਣ ਧਰਤਾ ਤੇ ਤਾਈ ਜੀ ਮੈਨੂੰ ਪਤਾ ਕੀ ਕਹਿੰਦਾ, ਥੈ ਜੁੱਤੀ ਜੈ ਬੋਲਾ, ਥੈ ਜੁੱਤੀ ਜੈ ਬੋਲਾ, ਮਾਰਦਾ ਮਾਏ ਨੀ ਮੈਨੂੰ ਮਾਰਦਾ। ਹੁਣ ਕੀ ਦੱਸਾਂ, ਜਿੱਦਾਂ ਤੂੰ ਸਿਖਾਇਆ ਮੈਂ ਉਹ ਜਾ ਕੇ ਕੀਤਾ, ਤੇਰੇ ਪੂਰਨੇ ਤੇ ਪਈ ਰਹੀ ਤਾਂ ਛਿੱਤਰ ਖਾਂਦੀ ਮੈਂ। ਆਹ ਵੇਖੋ ਤੁਹਾਡੇ ਸਾਹਮਣੇ ਮੁੱਕਰ ਕੀ, ਕੋਈ ਚੰਗੀ ਬਾਤ ਨੀ ਦਿੱਤੀ ਇਹਨੇ ਮੈਨੂੰ। ਤਾਈ ਜੀ ਮੈਨੂੰ ਕਹਿੰਦਾ ਨਿਆਣੇ ਦਾ ਖਿਆਲ ਰੱਖੀ, ਨਾ ਮੈਂ ਜਵਾਨ ਏਡੀ ਸੋਹਣੀ, ਨਾ ਜਾਮਤ ਲਈ ਦਰਜਨ ਦੀ ਦਰਜਨ, ਕਹਿੰਦਾ ਤੈਨੂੰ ਸਾਹਮਣਾ ਪੈਣਾ ਤੈਨੂੰ ਰੱਖਣਾ ਪੈਣਾ ਖਿਆਲ, ਕਹਿੰਦਾ ਮੈਂ ਮੰਡੀ ਧੋ ਕੇ ਆਇਆ ਰੋਜ਼ ਹੀ ਵਗ ਜਾਂਦਾ ਕਿਤੇ ਨਾ ਕਿਤੇ, ਤੇ ਮੈਨੂੰ ਕਹਿੰਦਾ ਤੈਨੂੰ ਸਾਹਮਣੇ ਪੈਣੇ। ਬੱਲੇ 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 ਸਭ ਤੁਹਾਡੇ ਸਾਹਮਣੇ ਕਰਦੀ ਜੇ, ਤਾਂ ਪਹਿਲਾਂ ਮੈਨੂੰ ਫੋਨ ਕਰਕੇ ਕਹਿੰਦੀ ਐਨ ਕਰੀ ਓਮ ਕਰੀ ਐ ਕਰੀ, ਮੇਰੀ ਗੱਲ ਸੁਣ, ਆਹ ਵੇਖ 500 ਨੋਟ ਦਿੱਤਾ ਪਰ ਮੈਂ ਤਵਾ ਪੂਰਾ ਕਰਨਾ ਹੀ। ਮੈਨੂੰ ਕਹਿੰਦੀ ਮੇਰੀ ਗੱਲ ਸੁਣ ਲੈ, ਮੈਨੂੰ ਕਹਿੰਦੀ ਵੀ ਮੈਂ ਉਹਨੂੰ ਕਿਹਾ, ਮੈਂ ਤੂੰ ਜਾ ਮੈਂ ਨਿਆਣੇ ਸਾਹਮਣੇ ਉਹਦੇ ਜਾਣ ਦੀ ਦੇਰ, ਮੈਂ ਕਿਹਾ ਟਿੰਕੂ ਮਿੰਕੂ ਟਿੰਕੂ ਛਿੰਕੂ ਵਿੰਕੂ ਟਿੰਕੂ ਛਿੰਕੂ ਟਿੰਕੂ ਟਿੰਕੂ ਵਿੰਕੂ ਛਿੰਕੂ 12 ਮੈਂ ਸਾਰਿਆਂ ਨੂੰ ਫੜਿਆ ਬੇਟੀ ਵੀ ਬਥੇਰੇ ਕਿੱਦਾਂ ਹੋਈ, ਨਹੀਂ ਮੇਰੇ ਬਿਨਾਂ ਬ੍ਰੇਕ ਤੋਂ ਚਲਦੇ ਗਏ। ਮੇਰੀ ਗੱਲ ਸੁਣਨਾ, ਹਮਕਾ ਹਮਕਾ ਕਰਨਾ ਹੋਤਾ ਹੈ, ਮੇਰੀ ਗੱਲ ਸੁਣ ਤੇ ਉਹ ਚਲੇ ਗਿਆ ਤੇ ਮੈਂ ਸਾਰੇ ਪੇਟੀ ਚ ਬੰਦ ਕਰਤੇ ਤੇ ਜਦੋਂ ਆਇਆ ਕਹਿੰਦਾ ਭਾਗ ਉਹਨੇ ਸਾਰੇ, ਮੈਂ ਕਿਹਾ ਉਹ ਭਾਈ ਪੇਟੀ ਤੋਂ ਪੇਟੀ ਚ ਕਰਤੇ ਬੰਦ, ਜੁੱਤੀ ਜੈ ਬੋਲਾ। ਮੈਨੂੰ ਕਹਿੰਦਾ
ਮਾਤਾ ਮੈਨੂੰ ਕਹਿੰਦਾ ਮੈਂ ਚੱਲਿਆ ਬਾਜ਼ਾਰ ਨੂੰ, ਰੋਜ਼ ਬਾਜ਼ਾਰ ਉਤਰ ਪੈਂਦਾ ਸੀ, ਕਹਿੰਦਾ ਮੈਂ ਬਾਜ਼ਾਰ ਚੱਲਿਆ ਤੇ ਬੁੱਢੇ ਬੁੱਢੀ ਦਾ ਖਿਆਲ ਰੱਖੀ। ਦੱਸ ਢਿੱਡੋ ਜੇ ਮੈਂ ਤਾਂ ਪੇਟੀ ਚ ਬੰਦ ਕਰਤੇ ਤੇ ਦੱਸ ਮੇਰੇ ਕੋਲ ਸਾਂਭੇ ਜਾਂਦੇ ਖਾਊ ਖਾਊ ਜੇ ਨੀ ਜਾਣ ਦੀ ਦੇਰ। ਮੈਂ ਕਿਹਾ ਬਾਪੂ ਜੀ ਇੱਧਰ ਆਇਓ, ਬੇਬੇ ਜੀ ਇੱਧਰ ਆਇਓ, ਬੰਦ ਕਿੱਥੇ ਕੀਤਾ ਤੈਨੂੰ ਪਹਿਲੇ ਪਤਾ ਲੱਗ ਗਿਆ? ਕਹਿੰਦੇ ਹਾਏ ਅੱਜ ਤੇ ਨੂੰਹ ਬੜੀ ਸੇਵਾ ਕਰਦੀ ਹੈ। ਮੈਂ ਕਿਹਾ ਅੱਗੇ ਅੱਗੇ ਜਾਓ, ਤੁਹਾਨੂੰ ਦੱਸੂਗੀ, ਅੱਗੇ ਅੱਗੇ ਜਾਓ, ਅੱਗੇ ਅੱਗੇ। ਮੈਂ ਕਿਹਾ ਇੱਧਰ ਆਓ, ਆ ਪਿਆ ਮੰਜਾ ਤੇ ਮੰਜੇ ਤੇ ਬੈਠੋ। ਕਹਿੰਦੇ ਕੀ ਕਰਨ ਡੇ, ਤਿੰਨ ਦਿਹਾੜੇ ਨੂੰਹ ਲਾਣੀ ਹੈ, ਸ਼ਰਮ ਕਰ ਥੋੜੀ। ਮੈਂ ਮੰਜਲੇ ਲੈ, ਦੋਵੇਂ ਜਾਣੇ ਬੈਠੇ, ਥੋੜਾ ਨੂੰ ਧੋ ਲਵਾ ਕੇ ਦੋਵੇਂ ਇਕੱਠੇ ਬੰਨਤੇ। ਜਦੋਂ ਆਇਆ ਤੇ ਕਹਿੰਦਾ ਭਗਵਾਨ ਨੇ ਬਾਪੂ ਦੇ ਬੂਹੇ ਚ ਬੈਠਾ ਸੀ ਤੇ ਮੈਂ ਕਿਹਾ ਬੂਹੇ ਚ ਖੇ ਖਾਈ ਜਾਣੀ ਆਈ, ਕਹਿੰਦਾ ਥੇ ਜੁੱਤੀ ਜੈ।